ਅੱਜ ਦੇਸ਼ ਭਰ ਦੇ ਵਿੱਚ ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਗਿਆ। ਇਨਕਮ ਟੈਕਸ ਦੇ ਜਿੰਨੇ ਵੀ ਹੈੱਡ ਆਫਿਸ ਹੈ ਉਹਦੇ ਬਾਹਰ ਅੱਜ ਪ੍ਰੋਟੈਸਟ ਕੀਤਾ ਗਿਆ। ਹਾਲਾਂਕਿ ਪੁਲਿਸ ਫੋਰਸ ਇੱਥੇ ਪੂਰੀ ਲਾ ਕੇ ਪੂਰਾ ਲਾਇਆ ਗਿਆ। ਦੂਜੇ ਪਾਸੇ ਜੇ ਅਸੀਂ ਗੱਲ ਕਰੀਏ, ਕਾਂਗਰਸ ਦੇ ਕਾਫੀ ਸਪੋਰਟਰਸ ਇੱਥੇ ਪਹੁੰਚੇ ਹੋਏ ਸੀਗੇ, ਰਾਜਾ ਵੜਿੰਗ ਇੱਥੇ ਪਹੁੰਚੇ। ਉਹਨਾਂ ਵੱਲੋਂ ਬੀਜੇਪੀ ਤੇ ਸਵਾਲੀਆ ਨਿਸ਼ਾਨ ਚੁੱਕਿਆ ਗਿਆ ਕਿ ਕਿਸ ਤਰ੍ਹਾਂ ਧੱਕਾ ਕੀਤਾ ਜਾ ਰਿਹਾ, ਇਲੈਕਸ਼ਨ ਨੇੜੇ ਹੈ, ਲੇਕਿਨ ਹੁਣ ਜਿਹੜੀ ਸਿਚੁਏਸ਼ਨ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਦੇਖੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਜਿਹੜਾ ਧੱਕਾ ਕੀਤਾ ਜਾ ਰਿਹਾ ਔਰ ਕਿਸ ਤਰ੍ਹਾਂ ਕਈ ਚੀਜ਼ਾਂ ਨੂੰ ਲੈ ਕੇ ਇੱਥੇ ਬੀਜੇਪੀ ਪਾਰਟੀ ਧੱਕਾ ਕਰਦੀ ਨਜ਼ਰ ਆ ਰਹੀ ਹੈ। ਅੱਜ ਪੂਰੇ ਦੇਸ਼ ਦੇ ਵਿੱਚ ਪੂਰਾ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਲਗਾਤਾਰ ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ। ਦੇਸ਼ ਭਰ ਦੇ ਵਿੱਚ ਅੱਜ ਪੂਰੇ ਕਾਂਗਰਸ ਵੱਲੋਂ, ਕਾਂਗਰਸ ਦੀ ਲੀਡਰਸ਼ਿਪ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਜਿਹੜੇ ਸੀਨੀਅਰ ਲੀਡਰਸ ਹੈ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਧੱਕੇਸ਼ਾਹੀ ਜਿਹੜੀ ਹੋ ਰਹੀ ਹੈ ਉਸਨੂੰ ਅਸੀਂ ਨਹੀਂ ਸਹਾਂਗੇ। ਦੂਜੇ ਪਾਸੇ ਜੇ ਅਸੀਂ ਗੱਲ ਕਰ ਲਈਏ, ਚੰਡੀਗੜ੍ਹ ਦੇ ਵਿੱਚ ਵੀ ਇਨਕਮ ਟੈਕਸ ਦਾ ਦਫ਼ਤਰ ਹੈ, ਉੱਥੇ ਵੀ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਅਸੀਂ ਕੋਸ਼ਿਸ਼ ਵੀ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ। ਰਾਜਾ ਵੜਿੰਗ ਜਿਹੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ, ਕਿਉਂਕਿ ਕਈ ਚੀਜ਼ਾਂ ਨੇ ਜਿਹਦੇ ਵਿੱਚ ਜਿਹੜੇ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਨੇ, ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਇਹ ਕਿਤੇ ਨਾ ਕਿਤੇ ਕਈ ਚੀਜ਼ਾਂ ਨੂੰ ਲੈ ਕੇ ਇਹ ਪ੍ਰੋਟੈਸਟ ਕਰਨ ਦੀ ਜਿਹੜੀ ਤਿਆਰੀ ਹੈ ਉਹ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ। ਤੇ ਰਾਜਾ ਵੜਿੰਗ ਸਾਡੇ ਨਾਲ ਜੁੜਨਗੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਵੜਿੰਗ ਸਾਹਿਬ, ਇੱਕ ਸਵਾਲ ਹੈ ਸਿਰਫ ਕਿ ਅੱਜ ਦੇਸ਼ ਭਰ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ, ਤੁਸੀਂ ਵੀ ਅੱਜ ਪਹੁੰਚੇ, ਤੁਸੀਂ ਕਿਹਾ ਕਿ ਲਗਾਤਾਰ ਧੱਕਾ ਕੀਤਾ ਜਾ ਰਿਹਾ, ਕਿਸ ਤਰ੍ਹਾਂ ਵੇਖ? ਤੁਹਾਡੇ ਸਾਹਮਣੇ ਹੈ ਕਿ ਅਨਿਆਏ ਹੈ, ਬਿਲਕੁਲ ਸਰਾਸਰ ਧੱਕਾ ਹੈ। ਜਿਸ ਪ੍ਰਕਾਰ ਸਾਡੇ ਖਾਤੇ ਸੀਲ ਕਰ ਦਿੱਤੇ ਗਏ ਬਿਨਾਂ ਗੱਲ ਤੋਂ, ਕਹਿੰਦੇ ਇਨਕਮ ਟੈਕਸ ਦੀ ਰਿਟਰਨ ਲੇਟ ਹੈ, ਉਹ ਤਾਂ ਪੰਜਾਬ ਦੇ ਅੱਧੇ ਲੋਕਾਂ ਦੀ ਰਿਟਰਨ ਲੇਟ ਭਰਦੇ, ਇਹਦਾ ਮਤਲਬ ਸਭ ਦੇ ਖਾਤੇ ਸੀਲ ਕਰ ਦੇਉਂਗੇ। ਫਿਰ ਅਚਨ ਚੇ ਦੇ ਇਲੈਕਸ਼ਨਾਂ ਸਮੇਂ ਕਿਉਂ ਇਹ ਗੱਲ ਯਾਦ ਆਈ? 2 ਮਹੀਨੇ 3 ਮਹੀਨੇ ਅੱਜ ਪਾਰਲੀਮੈਂਟ ਦੇ ਚੋਣਾਂ ਨੂੰ ਰਹਿ ਗਿਆ। ਪਹਿਲਾਂ ਤੁਸੀਂ ਕੋਸ਼ਿਸ਼ ਕੀਤੀ ਰਾਹੁਲ ਗਾਂਧੀ ਨੂੰ ਅੰਦਰ ਕਰਨ ਦੀ, 2 ਸਾਲ ਦੀ ਸਜ਼ਾ ਕਰਾਤੀ, ਸਦੱਸਤਾ ਰੱਦ ਕਰਾਤੀ, ਘਰ ਖਾਲੀ ਕਰਾ ਲਿਆ। ਉਹ ਪਤਾ ਨਹੀਂ ਸੁਪਰੀਮ ਕੋਰਟ ਦੇ ਮਨ ਦੇ ਵਿੱਚ ਮਿਹਰ ਪੈ ਗਈ। ਮੈਂ ਧੰਨਵਾਦੀ ਹਾਂ ਸੁਪਰੀਮ ਕੋਰਟ ਦਾ, ਜਿਹੜਾ ਹਾਈ ਕੋਰਟ ਚੋਂ ਨਹੀਂ ਫੈਸਲਾ ਆਉਂਦਾ ਸੁਪਰੀਮ ਕੋਰਟ ਕਰਦਾ ਹੈ। ਬੜੇ ਚਿਰ ਬਾਅਦ ਆ ਹੁਣ ਫੈਸਲਾ ਆਇਆ ਇਲੈਕਟੋਰਲ ਬੌਂਡਸ ਦੇ ਖਿਲਾਫ। ਹੁਣ ਇਹਨਾਂ ਨੇ ਕਿਹਾ ਕਿ ਕਿਵੇਂ ਨਾ ਕਿਵੇਂ ਕਾਂਗਰਸ ਪਾਰਟੀ ਦੇ ਖਾਤੇ ਸੀਲ ਕਰ ਦਿਓ ਤਾਂ ਜੋ ਇਹਨਾਂ ਦੀ ਸਾਹ ਪ੍ਰਣਾਲੀ ਬੰਦ ਕਰ ਦਿਓਗੇ ਤਾਂ ਫਿਰ ਸ਼ਾਇਦ ਅਸੀਂ ਸਰਕਾਰ ਸੌਖੀ ਬਣਾ ਲਾਂਗੇ। ਰਣਨੀਤੀ ਕੀ ਹੈ ਹੁਣ ਕਾਂਗਰਸ? ਰਣਨੀਤੀ ਇਹ ਹੈ ਕਿ ਅਸੀਂ ਡਰਾਂਗੇ ਨਹੀਂ, ਅਸੀਂ ਮਰਾਂਗੇ। ਡਰੇਂਗੇ ਨਹੀਂ, ਅਸੀਂ ਮਰਾਂਗੇ। ਅਸੀਂ ਨਾ ਈਡੀ ਤੋਂ, ਨਾ ਸੀਬੀਆਈ ਤੋਂ, ਨਾ ਇਨਕਮ ਟੈਕਸ ਤੋਂ ਡਰਦੇ। ਜੋ ਇੱਕ ਆਖਰੀ ਸਵਾਲ, ਜਿਹੜਾ ਕਿਸਾਨੀ ਅੰਦੋਲਨ ਨੂੰ ਲੈ ਕੇ ਲਗਾਤਾਰ ਮੀਟਿੰਗ ਚੱਲ ਰਹੀ ਹੈ, ਕੱਲ ਵੀ 3 ਵਜੇ ਤੱਕ ਮੀਟਿੰਗ ਚੱਲੀ ਹੈ, ਲੇਕਿਨ ਹਜੇ ਤੱਕ ਕੋਈ ਨਿਸ਼ਕਾਸ ਨਹੀਂ? ਯਾਰ, ਮੈਂ ਸਮਝਦਾ ਅੰਦੋਲਨ ਦੀ ਉਸ ਮੀਟਿੰਗ ਦਾ ਕੋਈ ਫਾਇਦਾ ਹੀ ਨਹੀਂ ਹੈ। ਕਿਸਾਨ ਜਥੇਬੰਦੀਆਂ ਨੂੰ, ਵੈਸੇ ਤਾਂ ਉਹਨਾਂ ਦਾ ਆਪਣਾ ਫੈਸਲਾ ਹੈ, ਉਹਨਾਂ ਨੂੰ ਤਾਂ ਇੱਕ ਹੀ ਗੱਲ ਕਹਿਣੀ ਚਾਹੀਦੀ ਹੈ ਕਿ ਮੀਟਿੰਗਸ ਤਾਂ ਥੋੜੇ ਨਾਲ ਪਹਿਲਾਂ ਵੀ ਹਜ਼ਾਰਾਂ ਮੀਟਿੰਗਾਂ ਕਰ ਲਈਆਂ। ਉਸ ਮੀਟਿੰਗ ਚੋਂ ਨਿਕਲਿਆ ਕੀ? ਅਸੀਂ 700 ਕਿਸਾਨ ਮਰਾਇਆ, ਸਾਨੂੰ ਅਮਿਤ ਸ਼ਾਹ ਜੀ ਡਰਾਉਂਦੇ ਰਹੇ। 700 ਕਿਸਾਨ ਸ਼ਹੀਦ ਹੋਣ ਤੋਂ ਬਾਅਦ ਤੁਸੀਂ ਗੁਰਪੁਰਬ ਵਾਲੇ ਦਿਨ ਕਿਸੇ ਨੇ ਤੁਹਾਨੂੰ ਕਹਿਤਾ ਵੀ ਸ਼ਾਇਦ ਗੱਲ ਬਣ ਜੇ, ਫੈਸਲੇ ਸਸਪੈਂਡ ਕਰ ਦਿੱਤੇ। ਤੁਸੀਂ ਨੋਟੀਫਿਕੇਸ਼ਨ ਨਹੀਂ ਕੀਤਾ ਹਜੇ ਪੱਕੇ ਤੌਰ ਤੇ, ਤੁਸੀਂ ਸਾਨੂੰ ਲੀਗਲ ਗਰੰਟੀ ਨਹੀਂ ਦਿੱਤੀ, ਤੁਸੀਂ ਸਾਨੂੰ ਕਿਸਾਨ ਮਰੇ ਹੋਇਆਂ ਦਾ ਮੁਆਵਜ਼ਾ ਨਹੀਂ ਦਿੱਤਾ, ਤੁਸੀਂ FIRਾਂ ਕੈਂਸਲ ਨਹੀਂ ਕੀਤੀਆਂ, ਤੁਸੀਂ ਜਿਹੜਾ ਅਮੈਂਡਮੈਂਟ ਕੀਤੀ ਸੀ ਆਰਡੀਨੈਂਸ ਦੇ ਵਿੱਚ, ਜਿਹੜਾ ਲੈਂਡ ਆਰਡੀਨੈਂਸ ਹੈ ਜਿਹੜੀ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਲੈ ਕੇ ਆਈ ਸੀ, ਉਹਨੂੰ ਵਾਪਸ ਨਹੀਂ ਲਿਆ। ਇਹ ਕਿਸਾਨ ਮੰਗਦਾ, ਹੋਰ ਕੀ ਮੰਗਦਾ? ਇਹ ਮੀਟਿੰਗ ਕਰਨਾ ਕੀ ਰਹਿ ਗਿਆ? ਤੁਸੀਂ ਇਹ ਦੱਸੋ ਵੀ ਕਰਨਾ ਕਿਦੋਂ ਹੈ? ਸੋ ਮੀਟਿੰਗ ਕਰ ਕਰਕੇ ਕਿਸਾਨਾਂ ਨੂੰ ਜਾਣ ਮੁੱਝ ਕੇ ਢਿੱਲਾ ਕੀਤਾ ਜਾ ਰਿਹਾ ਹੈ, ਇਕੱਠ ਵੇਖਿਆ ਜਾ ਰਿਹਾ ਵੀ ਕਿੰਨੇ ਕੁ ਰਹਿ ਗਏ, ਕਈਆਂ ਨੂੰ ਅਥਰੂ ਗੈਸ ਲਈ ਗੋਲੇ ਨਾ ਭਜਾਇਆ ਜਾ ਰਿਹਾ, ਕਈਆਂ ਦੇ ਘਰੇ ਈਡੀ CBI ਨਾ ਭਜਾਇਆ ਜਾ ਰਿਹਾ, ਡਰਾਇਆ ਜਾ ਰਿਹਾ। ਕਿਸਾਨ ਘੱਟ ਜਾਣ ਤੇ ਫਿਰ ਅਸੀਂ ਕਾਬਜ ਹੋ ਜਾਵਾਂਗੇ, ਫਿਰ ਕਹਾਂਗੇ ਕਿਹੜੀਆਂ ਮੰਗਾਂ? ਮੰਗਾਂ ਤਾਂ ਆਲਰੇਡੀ ਮੰਗ ਚੁੱਕੇ ਹੈ, ਮੀਟਿੰਗਸ ਕਾਹਦੀਆਂ? ਬਿਲਕੁਲ, ਕਾਂਗਰਸ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ, ਉਹਨਾਂ ਵੱਲੋਂ ਸਾਫ਼ ਤੌਰ ਤੇ ਬੀਜੇਪੀ ਤੇ ਜਿਹੜਾ ਸਵਾਲੀਆ ਨਿਸ਼ਾਨ ਚੁੱਕੇ ਨੇ, ਅੱਜ ਪ੍ਰੋਟੈਸਟ ਕੀਤਾ ਗਿਆ ਦੇਸ਼ ਭਰ ਦੇ ਵਿੱਚ। ਉਹਨਾਂ ਦਾ ਸਾਫ਼ ਤੌਰ ਤੇ ਇਲਜ਼ਾਮ ਹੈ ਕਿ ਆਖਿਰ ਇਲੈਕਸ਼ਨ ਦੇ ਨੇੜੇ ਤੇੜੇ ਹੀ ਕਿਉਂ ਇਹ
ਪ੍ਰੋਟੈਸਟ ਕੀਤਾ ਜਾ ਰਿਹਾ ਇਹ ਇਸ ਤਰ੍ਹਾਂ ਦਾ ਜਿਹੜਾ ਇਨਕਮ ਟੈਕਸ ਦਾ ਦਬਾਅ ਦਿੱਤਾ ਜਾ ਰਿਹਾ ਕਿਸੇ ਨੂੰ ਈਡੀ ਦਾ ਡਰ ਦਿੱਤਾ ਜਾ ਰਿਹਾ ਕਿਸੇ ਨੂੰ ਸੀਬੀਆਈ ਦਾ ਕਿਸੇ ਨੂੰ ਇਨਕਮ ਟੈਕਸ ਦਾ ਇਹ ਸਰਾਸਰ ਧੱਕਾ ਹੈ ਤੇ ਵੱਖ ਵੱਖ ਪਾਸੇ ਕਾਂਗਰਸ ਪਾਰਟੀ ਦਾ ਪ੍ਰੋਟੈਸਟ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਤੇ ਅਗਲੀ ਦੀ ਵੀ ਰਣਨੀਤੀ ਜਿਹੜੀ ਹੈ ਕਾਂਗਰਸ ਪਾਰਟੀ ਦੀ ਉਹ ਵੀ ਲਗਾਤਾਰ ਬਣਦੀ ਨਜ਼ਰ ਆ ਰਹੀ ਹੈ। ਮੋਹਾਲੀ ਤੋਂ ਕੈਮਰਾਮੈਨ ਸਨਮਪ੍ਰੀਤ ਸਿੰਘ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ।